अगर आपने हमारे चैनल को सब्सक्राइब नहीं किया है तो इसे सब्सक्राइब कर लें। पंजाब सरकार व सेहत विभाग पंजाब की ओर से पंजाब अंदर लोगों को अच्छी सेहत सहूलतें मुहैया करवाने के मकसद से पिछले दिनों पंजाब के मुख्यमंत्री कैप्टन अमरेंद्र सिंह की ओर से शुरू करवाई 70 मोबाइल वैनों में से 2 वैन जिला श्री मुक्तसर साहिब हल के अंदर ढूंढकर लोगों को स्वास्थ्य प्रति जागरूक कर रही है, जो कि आज गिद्दड़बाहा पहुंचने पर शहर के धानक मोहल्ला में गिद्दड़बाहा सिविल अस्पताल के SMO डॉक्टर प्रदीप सचदेवा के नेतृत्व में स्वास्थ्य कैंप लगाया गया। ਤਿੰਨ ਕੈਂਪ ਹੋਰ ਪੈਂਡਿੰਗ ਹੈ, ਉਹ ਜਿਹੜੇ ਹੈ ਅਲੱਗ ਅਲੱਗ ਸਾਡੇ ਏਰੀਆ ਤੋਂ ਲਾਏ ਜਾਣਗੇ। ਕੀ ਅਪੀਲ ਕੀ ਕਰਨਾ ਚਾਹੁੰਦੇ ਹੋ, ਜਿਹੜੇ ਸ਼ਹਿਰ ਵਾਸੀ ਹੈ ਜਾਂ ਹੋਰ, ਉਹਨਾਂ ਨੂੰ ਕੀ ਕਹਿਣਾ ਚਾਹੁੰਦੇ? ਲੋਕਾਂ ਨੂੰ ਅੱਜ ਕੱਲ੍ਹ ਇਹੀ ਅਪੀਲ ਕਰਨਾ ਚਾਹੁੰਦਾ ਕਿ ਅੱਜ ਕੱਲ੍ਹ ਸਵਾਈਨ ਫਲੂ ਦਾ ਜਿਹੜਾ ਬਹੁਤ ਜ਼ਿਆਦਾ ਪ੍ਰਕੋਪ ਫੈਲ ਰਿਹਾ, ਇਹਦੇ ਤੋਂ ਵੈਸੇ ਘਬਰਾਉਣ ਦੀ ਲੋੜ ਨਹੀਂ ਹੈ, ਇਹ ਤੋਂ ਕੁਛ ਪ੍ਰਕਾਸ਼ਨਸ ਲੈਣ ਦੀ ਲੋੜ ਹੈ ਕਿ ਜਿਵੇਂ ਕਿਸੇ ਨੂੰ ਕੋਈ ਖਾਂਸੀ ਹੈ ਤਾਂ ਖਾਂਸੀ ਵਾਲਾ ਹਰ ਕੋਈ ਪੇਸ਼ੈਂਟ ਆਪਦੇ ਸਿੱਧੇ ਆਮ ਤੌਰ 'ਤੇ ਖੁੱਲ੍ਹੀ ਤੌਰ 'ਤੇ ਨਾ ਖੁੰਘੇ ਜਾਂ ਖੁੰਘਣ ਲੱਗਿਆ ਜਾਂ ਨੱਕ ਸਾਫ਼ ਕਰਨ ਲੱਗਿਆ ਰੁਮਾਲ ਦਾ ਕੱਪੜੇ ਦਾ ਇਸਤੇਮਾਲ ਕਰੇ, ਇੱਕ ਦੂਜੇ ਨਾਲ ਕੋਈ ਹੱਥ ਮਿਲਾਉਣ ਦੀ ਕੋਸ਼ਿਸ਼ ਨਾ ਕਰੇ, ਭੀੜ ਵਾਲੀ ਥਾਂ 'ਤੇ ਨਾ ਜਾਵੇ, ਇੱਧਰ ਉੱਧਰ ਨਾ ਥੁੱਕੇ। ਔਰ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਖੰਘ ਵਾਲੇ ਮਰੀਜ਼ 'ਚੋਂ ਥੋੜ੍ਹਾ ਜਿਹੜਾ ਦੂਰੀ ਬਣਾ ਕੇ ਰੱਖੋ, ਹੱਥ ਮਿਲਾਉਣਾ ਦੂਰ ਕਰੋ, ਦੂਰ ਨਮਸਤਕ ਲਾਈ ਜਾਵੇ, ਘੱਟੋ ਘੱਟ ਖਾਂਸੀ ਵਾਲੇ ਮਰੀਜ਼ ਨਾਲ 1 ਮੀਟਰ ਦਾ ਜਿਹੜਾ ਫਾਸਲਾ ਰੱਖਿਆ ਜਾਵੇ। ਔਰ ਜੇ ਕੋਈ ਖਾਂਸੀ ਵਾਲਾ ਮਰੀਜ਼ ਆ, ਉਹਨੇ ਪਬਲਿਕ ਪਲੇਸ 'ਤੇ ਕਿਤੇ ਜਾਣਾ ਤਾਂ ਆਪਦੇ ਮੂੰਹ 'ਤੇ ਮਾਸਕ ਲਾ ਕੇ ਜਾਵੇ ਤਾਂ ਕਿ ਜੇ ਬਿਮਾਰੀ ਦੇ ਕੋਈ ਕੀਟਾਣੂ ਆ ਉਹ ਦੂਸਰਿਆਂ 'ਚ ਨਾ ਹੋਵੇ। ਹਾਂਜੀ ਸਰ, ਅੱਜ ਗਿੱਦੜਬਾਹਾ ਜਿਹੜਾ ਪ੍ਰੋਗਰਾਮ ਹੈ ਸਰ, ਉਸ ਬਾਰੇ ਤੁਸੀਂ ਜਾਣਕਾਰੀ? ਹਾਂਜੀ, ਇਹ ਨਾ ਜੀ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ, ਜੋ ਸਿਹਤ ਵਿਭਾਗ ਵੱਲੋਂ ਵੱਖ ਵੱਖ ਲੋਕਾਂ ਨੂੰ ਸਿਹਤ ਸਹੂਲਤਾਂ, ਸੇਵਾਵਾਂ ਅਤੇ ਸਕੀਮਾਂ ਦੀ ਵੱਧ ਤੋਂ ਵੱਧ ਜਾਣਕਾਰੀ ਦੇਣ ਦੇ ਲਈ ਮਾਣਯੋਗ ਕੈਪਟਨ ਸਾਹਿਬ ਵੱਲੋਂ, ਮੁੱਖ ਮੰਤਰੀ ਪੰਜਾਬ ਜੀ ਵੱਲੋਂ ਲਗਭਗ 28 ਫਰਵਰੀ ਨੂੰ 70 ਵੈਨਾਂ ਜੋ ਪੰਜਾਬ ਦੇ ਵਿੱਚ ਰਵਾਨਾ ਕੀਤੀਆਂ ਗਈਆਂ ਸੀ, ਜਿਨ੍ਹਾਂ ਵਿੱਚ 2 ਵੈਨਾਂ ਆਪਣੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਘੁੰਮ ਰਹੀਆਂ, ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੀਆਂ। ਤਾਂ ਅੱਜ ਆਪਣੀ ਗਿੱਦੜਬਾਹਾ ਦੀ ਵਾਰੀ ਆਈ ਹੋਈ ਹੈ, ਤਾਂ ਇਸ ਏਰੀਏ ਦੇ ਨਗਰ ਦੇ ਵਿੱਚ ਵੈਨ ਪਹੁੰਚੀ ਹੋਈ ਹੈ, ਜਿੱਥੇ ਕਿ LID ਦੇ ਰਾਹੀਂ 2 ਸਿਹਤ ਸਹੂਲਤਾਂ ਸਕੀਮਾਂ ਸੇਵਾਵਾਂ, ਜਿਵੇਂ ਕਿ ਭਾਰਤ ਮਤਲਬ ਭਗਤ ਪੂਰਨ ਸਿੰਘ ਬੀਮਾ ਯੋਜਨਾ, ਕੈਂਸਰ ਦਾ ਇਲਾਜ, ਹੈਪਾਟਾਈਟਸ ਸੀ ਦਾ, TB ਦਾ, ਜੋ ਵੀ ਪ੍ਰੈਗਨੈਂਟ ਤੋਂ ਲੈ ਕੇ ਬੱਚੇ ਵੱਡੇ ਹੋਣ ਤੱਕ ਜੋ ਵੀ ਮਮਤਾ ਦੇ ਟੀਕਾਕਰਨ, ਸਾਰਾ ਸਹੂਲਤਾਂ ਜੋ ਮਿਲਦੀਆਂ, ਉਹ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਇਹਦਾ ਜੋ ਇਹ ਵੈਨ ਦੇ ਰਾਹੀਂ ਅਸੀਂ ਅਵੇਅਰ ਕਰ ਰਹੇ ਹੈਗੇ ਹਾਂ। ਅਤੇ ਨਾਲ ਹੀ ਉਸੇ ਏਰੀਏ ਦੇ ਵਿੱਚ ਅੰਗਰੇਜ਼ੀ ਦਵਾਈਆਂ ਦਾ, ਐਲੋਪੈਥੀ ਅਤੇ ਹੋਮਿਓਪੈਥਿਕ ਔਰ ਆਯੁਰਵੈਦਿਕ ਦਵਾਈਆਂ ਦਾ ਜੋ ਕੈਂਪ ਲਗਾਇਆ ਜਾਂਦਾ, ਲੈਬ ਟੈਸਟ ਵੀ ਕੀਤੇ ਜਾਂਦੇ ਹੈਗੇ ਆ। ਅਤੇ ਨਾਲ ਹੀ ਅਸੀਂ ਸਵਾਈਨ ਫਲੂ ਅਤੇ ਕੁਸ਼ਠ ਰੋਗ ਵਰਗੀ ਭਿਆਨਕ ਬਿਮਾਰੀ ਦੇ ਬਚਾਓ ਲਈ ਉਹਦੀਆਂ ਰੈਲੀ ਵੀ ਕੱਢੀ ਜਾਏਗੀ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ। ਸੋ ਇਹ ਵੈਨ ਦਾ ਮਕਸਦ ਹੈ ਕਿ ਆਪਣੀ ਜੋ ਲਾਭਪਾਤਰੀ ਹੈਗੇ ਆ, ਉਹ ਆਪਦਾ ਉਹਨਾਂ ਨੂੰ ਜਾਣਕਾਰੀ ਹੋਵੇ ਸਾਡੇ ਕਿਹੜੇ ਕਿਹੜੀਆਂ ਸਹੂਲਤਾਂ ਹੈਗੀਆਂ ਸਿਹਤ ਵਿਭਾਗ ਵੱਲੋਂ, ਅਤੇ ਅਸੀਂ ਉਹ ਕਿਸ ਤਰ੍ਹਾਂ ਪ੍ਰਾਪਤ ਕਰ ਸਕਦੇ ਹਾਂ, ਅਤੇ ਉਹ ਇਹ ਮਿਸ਼ਨ ਨੂੰ ਲੈ ਕੇ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਵੈਨਾਂ ਜੋ ਪੰਜਾਬ ਦੇ ਵਿੱਚ ਚਲਾਈਆਂ ਜਾ ਰਹੀਆਂ। गिद्दड़बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।